सतसंगत जी, अज तुहानूं जिस पवित्र अस्थान के दर्शन कराउण जा रहे हां, इह लगभग हज़ारां साल पुरानी जगह है। इह झरी नूं हज़ारां साल हो गए ने ते चार पातशाहां दे चरण छोह प्राप्त है। बाबा जी, जे मान्यता की गल करिए तां की मान्यता है इस जगह की? ते जिवें मैं देख रहा पिछे इट्टां रखियां, क्यों रखियां गईआं ने? इत्थे जिहड़ी इट्टां दी गलबात है, इत्थे गुरमुखो बाबा दान सिंह जी ते डल्ला सिंह जी, उन्हां दी इत्थे गुरु गोबिंद सिंह ने कत्तरता भी करवाई सी। जिवें हुण पुराने बजुर्गों तो सुनते आ रहे हैं भी जिवें अपने त्रेते युग के अवतारी पुरश होए आ, रामचंद्र जी होए आ, मान लो सीता जी, लक्ष्मण जी, तो उन्होंने भी दस दे इत्थे बनवास कट्टिया। ये सरोवर साहब जिहड़ा है, इत्थे पुरातन युगों का भी सरोवर सी। इत्थे संगतां इत्थों जल लैंदियां सी, इत्थों ही जल पीदियां सी। 84 सिद्ध जिहड़े होए आ, 84 सिद्ध उन्होंने भी इस स्थान पर तप किया है। तो बाकी जिहड़ा इत्थों का इतिहास है, मालवी की धरती आ, गुरु गोबिंद सिंह जी ने बड़े वर दित्ते धरती ते आके जी। मालवा मेरा मालो माल जी, वर दित्ता महाराज ने, इतिहास सच दर्ज है, मालवा मेरा मालो माल। सतगुरु कहन लगे, पंथ वसे मैं उजड़ा मन चाहो कनेरा। क्योंकि वह जिवें अनपढ़ लोग सी बेचारे, जिवें आपकी बोली बोले, तो महाराज कहें भी कोई गल नहीं, साडा उजड़ना ही पंथ का वसना है। तुसीं सरबलो ग्रंथ पढ़ के देखो, गुरु गोबिंद सिंह पिता जी का, महाराज कहिंदा मेरा खालसा सत्तां समुद्रां ते सारी सृष्टि ते खालसा मेरा राज करेगा, ते माया कट्ठी करके देंगे लंगर लाए, नंगा भुखा थिया खाली कोई ना जाए, गुरु नानक पातशाह ने भी लिखिया। ते वो डल्ला सिंह जंग विच नहीं सी गया, ते वो दान सिंह ने मिलवर्तन छड़ता उन्होंने भी, तुसीं जंग च नहीं गए। ते डल्ला सिंह कहिण लग्या, जी मैं जंग दे विच जाना है तां जिहड़े 29 पिंड, मैं 29 पिंड दा चौधरी आ, निर्दोषे लोग सारे मारे जाणगे, मुसलमान फिर इस गल दे विच गुस्सा करनगे, गर्मी खा जाणगे भी उधर इन्हें मदद की है गुरु गोबिंद सिंह की साडे जंग च, ते फिर भी साडा चौधरी आ, 29 पिंडां दा नुकसान होर हो जाणा। ते फिर वह कलगीधर पातशाह ने दान सिंह नूं ते डल्ला सिंह नूं इत्थे सद्या, सद के उन्हां दी कत्तरता करवाई भी तुसीं रल के ही जनता की सेवा करिया करो। ਇਹ ਵੀ ਸੁਣਨ ਵਿੱਚ ਆਉਂਦਾ ਕਿ ਇਹ ਜਗ੍ਹਾ ਜੋ ਹੈ ਇਹ ਬਹੁਤ ਚਮਤਕਾਰੀ ਹੈ, ਇੱਥੇ ਬਹੁਤ ਵੱਡੇ ਵੱਡੇ ਵਰਦਾਨ ਹੋਏ ਨੇ ਅਤੇ ਚਮਤਕਾਰ ਵੀ ਹੋਏ ਨੇ ਇਸ ਸਥਾਨਾਂ 'ਤੇ ਆ ਕੇ, ਬੜੇ ਮਾਲ ਵਿੱਚ ਵਰ ਦਿੱਤੇ ਆ ਮਹਾਰਾਜ ਨੇ। ਖਾਲਸਾ ਮੇਰਾ ਪੂਜਵੇ ਜੋਗ, ਦਰਸ ਪਰਸ ਮਿੱਟੇ ਸੋਗ, ਇਸ ਕਰਕੇ ਮਹਾਰਾਜ ਨੇ ਖਾਲਸੇ ਨੂੰ ਬਹੁਤ ਨਿਵਾਜਿਆ ਹੈ। ਇੱਥੇ ਚਮਤਕਾਰ ਜਿਹੜਾ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਹੀ ਅੰਦਰੋਂ ਬਹੁਤ ਹੀ ਪਿਆਰਾ ਸਥਾਨ ਹੈ ਸਤਿਗੁਰਾਂ ਦਾ। ਵੈਸੇ ਤਾਂ ਸਤਿਗੁਰਾਂ ਨੂੰ ਸਾਰੇ ਹੀ ਪਿਆਰੇ ਸਥਾਨ ਹੈ, ਪਰ ਫਿਰ ਵੀ ਜਿੱਥੇ ਕਿਤੇ ਕੋਈ ਮੰਨ ਲਓ ਔਖੇ ਸਮੇਂ ਕਿਸੇ ਧਰਤੀ ਨੇ ਕਿਸੇ ਔਖੇ ਸਮੇਂ ਦੇ ਵਿੱਚ ਉਸ ਦੁਨੀਆ ਨੇ ਸਾਥ ਦਿੱਤਾ ਹੋਵੇ, ਉੱਥੇ ਇੱਕ ਅਵਤਾਰੀ ਪੁਰਸ਼ਾਂ ਦਾ ਬਹੁਤ ਸਨੇਹ ਔਰ ਡੂੰਘਾ ਪਿਆਰ ਹੁੰਦਾ। ਇੱਥੇ ਅਸੀਂ ਕਈ ਵਾਰੀ ਸੰਗਤਾਂ ਨੇ ਅਸੀਂ ਦਰਸ਼ਨ ਕਰੇ ਆ ਵੀ ਇਸ ਫਲਾਹੀ ਉੱਤੇ ਕਣਗੀਆਂ ਵਾਲੇ ਪਾਤਸ਼ਾਹ ਦਾ ਕਿਤੇ ਨਾ ਕਿਤੇ ਬਾਜ ਵੀ ਆ ਕੇ ਬੈਠਦਾ, ਉਹ ਸੰਗਤਾਂ ਦਰਸ਼ਨ ਕਰਦੀਆਂ। ਮੱਸਿਆ ਵਾਲੇ ਦਿਨ ਕਈ ਵਾਰੀ ਇੱਥੇ ਆਇਆ, ਉਹ ਬਾਜ ਦੇ ਉੱਪਰ ਬੈਠਦਾ, ਉਹ ਬੈਠ ਕੇ ਆਪਣੇ ਇੱਦਾਂ ਦੇ ਫੰਘ 'ਚ ਖਿਲਾਰਦਾ, ਬਹੁਤ ਸੋਹਣਾ ਲੱਗਦਾ। ਫਿਰ ਇੱਥੋਂ ਉੱਡ ਕੇ ਲੱਖੀ ਜੰਗਲ ਸਾਹਿਬ ਨੂੰ ਚਲਾ ਜਾਂਦਾ। ਜਦੋਂ ਖਾਲਸਾ ਪੰਥ ਇੱਥੇ ਯੁੱਧ ਕੀਤਾ, ਜੰਗ ਲੜਿਆ, ਅਤੇ ਉਹ ਜਿਹੜਾ ਨਾਦਰ ਸ਼ਾਹ ਦਾ ਕਵੀ ਹੈ ਉਹ ਲਿਖਦਾ, ਉਹਨੇ ਲਿਖਿਆ ਕਹਿੰਦਾ, ਹਾਏ ਮੇਰੇ ਅੱਲਾ ਜਦੋਂ ਸੰਘ ਕਰੇ ਹੱਲਾ, ਮੱਚ ਜੇ ਪਰ ਥੱਲਾ ਨਿਕਲ ਜਾਏ ਪ੍ਰਾਣ ਹੈ। ਕਹਿੰਦਾ ਜਦੋਂ ਅਸੀਂ ਝੜੀ ਦੇ ਵਿੱਚ ਵੜੇ, ਜੰਗਲਾਂ 'ਚ ਲੱਖੀ ਜੰਗਲ ਦੀ ਧਰਤੀ 'ਤੇ ਜਾ ਕੇ ਵੜੇ, ਅਤੇ ਇੰਨਾ ਕਸਮਾਨ ਦਾ ਸਿੰਘਾਂ ਨੇ ਯੁੱਧ ਕੀਤਾ ਸਾਡੇ ਛੱਕੇ ਛੜਾ 'ਤੇ, ਉਹ ਇੱਦਾਂ ਦੀ ਜਿਵੇਂ ਕਿਸੇ ਦੀ ਕੋਈ ਇੱਥੇ ਭਾਵਨਾ, ਜਿਹੜੇ ਰੂਪ ਦੇ ਵਿੱਚ ਬੰਦਾ ਭਾਵਨਾ ਲੈ ਕੇ ਆਉਂਦਾ ਨਾ, ਅਤੇ ਸਤਿਗੁਰੂ ਵੀ ਉਵੇਂ ਉਸ ਰੂਪ ਦੇ ਵਿੱਚ ਉਹਦੇ 'ਤੇ ਕਿਰਪਾ ਕਰ ਦਿੰਦੇ ਹੈਗੇ। ਅਤੇ ਬਾਕੀ ਇੱਥੇ ਹੁਣ ਗੁਰੂ ਕਿਰਪਾ ਕਰਦਾ ਮਹੀਨੇ ਦੇ ਮਹੀਨੇ, ਹੁਣ ਜਿਸ ਕਿਸੇ ਦਾ ਕੋਈ ਕੰਮ ਅੜਿਆ ਪਿਆ, ਕਿਸੇ ਦਾ ਮੰਨ ਲਓ ਕਿਸੇ ਨੇ ਖੰਡ ਪਾਠ ਦੀ ਅਰਦਾਸ ਕਰਵਾਉਣੀ ਆ ਜਾਂ ਸਹਿਜ ਪਾਠ ਦੀ, ਅਤੇ ਉਹ ਕਿਸੇ ਦਾ ਕੋਈ ਕੰਮ ਅੜਿਆ ਪਿਆ, ਵਿਹਰਿਆ ਪਿਆ, ਉਹਦੀ ਅਰਦਾਸ ਹੋ ਜਾਂਦੀ ਹੈ। ਬਾਬਾ ਜੀ, ਜਿਹੜਾ ਇਹ ਇੱਕ ਪੀਲਾ ਜਿਹਾ ਫੁੱਲ ਲੱਗਿਆ ਹੈ, ਇਹ ਕੀ ਆ? ਬੜਾ ਸਟਰੋਂਗ ਹੈ, ਦੇਖੋ ਤੁਸੀਂ ਦੇਖ ਸਕਦੇ ਹੋ ਕਿ ਆ ਇਹਨਾਂ ਧਰਤੀ 'ਚੋਂ ਨਿਕਲਿਆ ਅਤੇ ਡਲਾ ਪਾਸੇ ਡਿੱਗਿਆ ਹੋਇਆ ਪੁੱਟ ਕੇ, ਹੈ ਨਾ? ਹਾਂ, ਇਹ ਗੁਰਮੁਖ ਪਿਆਰੇ, ਉਹ ਕੋਈ ਰੱਬੀ ਚਮਤਕਾਰ ਆ ਪਰਮਾਤਮਾ ਦੇ। ਹੁਣ ਆ ਜਿਹੜੇ ਫੁੱਲ ਦੇਖ ਰਹੇ ਹਾਂ ਆਪਾਂ, ਕਿਉਂਕਿ ਹੁਣ ਇਹ ਇੱਕ ਤਰ੍ਹਾਂ ਦਾ ਮੰਨ ਲਓ ਜੰਗਲੀ ਹੈਗਾ, ਵਣਾਂ ਨੇ ਝੜੀ ਆ, ਪਰ ਇੱਥੇ ਕੋਈ ਹੁਣ ਥੱਲੇ ਦੇ ਕੋਈ ਐਡਾ ਪਾਣੀ ਦਾ ਪ੍ਰਬੰਧ ਨਹੀਂ ਗਾ, ਅਤੇ ਪਰ ਫਿਰ ਵੀ ਧਰਤੀ ਨੂੰ ਪੁੱਟ ਕੇ ਤੁਸੀਂ ਦੇਖ ਹੀ ਰਹੇ ਹੋ ਕਿ ਧਰਤੀ 'ਚ ਤੇੜ ਆਈ ਪਈ ਆ, ਕੁੱਡੇ ਕੁੱਡੇ ਮੋਟੇ ਡਲੇ ਧਰਤੀ 'ਚੋਂ ਪੱਟ ਕੇ ਬਾਹਰ ਨਿਕਲੇ ਹੋਏ ਆ ਇਹ। ਆਏ ਸਿੰਘ ਤਲਵਾਰਾਂ ਖਿੱਚੀਆਂ ਦੇ ਸਾਡੇ 'ਚ ਬੜੇ, ਅਤੇ ਕਿ ਸਾਨੂੰ ਕਹਿੰਦੇ ਰਾਹ ਨਹੀਂ ਥਾਇਆ ਭਾਈ ਜਾਨ, ਅਤੇ ਸਾਡੇ ਉਹ ਯੁੱਧ ਕੀਤਾ, ਇੰਨਾ ਘਸਮਾਣ ਦਾ ਯੁੱਧ ਹੋਇਆ,
ਤੇ ਉਥੋਂ ਬਾਅਦ ਮੁੜ ਕੇ ਬਦਾਲੀ ਨੇ ਇਧਰ ਨੂੰ ਮੂੰਹ ਨਹੀਂ ਕੀਤਾ। ਬਾਬਾ ਜੀ, ਜਿਹੜੀ ਜਿਹੜੀ ਸੰਗਤ ਸਾਡੇ ਨਾਲ ਜੁੜੀ ਹੈ ਉਹ ਦਰਸ਼ਨ ਕਰਨਾ ਚਾਹੁੰਦੀ ਹੋਵੇਗੀ, ਜੇ ਉਹਨਾਂ ਨੇ ਇੱਥੇ ਦਰਸ਼ਨ ਕਰਨ ਆਉਣਾ, ਕਿਹੜੇ ਦਿਨ ਮੇਲਾ ਲੱਗਦਾ ਜਾਂ ਹੋਰ ਕਿਹੜੇ ਦਿਨ ਸਮਾਗਮ ਲੱਗਦੇ ਨੇ, ਜੇ ਸੰਗਤ ਪਹੁੰਚਣਾ ਚਾਹੇ ਕਦੋਂ ਆ ਸਕਦੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਜੀ, ਤੁਸੀਂ ਜੁੜੇ ਹੋ ਸ਼ਬਦ ਚੈਨਲ ਦੇ ਨਾਲ, ਮੈਂ ਪਰਮਜੀਤ ਸਿੰਘ, ਕੈਮਰਾਮੈਨ ਓਪੀ ਬੰਟੂ ਦੇ ਨਾਲ। ਸਤਸੰਗਤ ਜੀ, ਅੱਜ ਤੁਹਾਨੂੰ ਜਿਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ, ਇਹ ਲਗਭਗ ਹਜ਼ਾਰਾਂ ਸਾਲ ਪੁਰਾਣੀ ਜਗ੍ਹਾ ਹੈ। ਇਹ ਝਰੀ ਨੂੰ ਹਜ਼ਾਰਾਂ ਸਾਲ ਹੋ ਗਏ ਨੇ ਅਤੇ ਚਾਰ ਪਾਤਸ਼ਾਹਾਂ ਦੀ ਚਰਨ ਛੋਹ ਪ੍ਰਾਪਤ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 84 ਸਿੱਧਾਂ ਦੇ ਨਾਲ ਜੋ ਗੋਸ਼ਟੀ ਕੀਤੀ ਸੀ, ਉਹ 84 ਸਿੱਧਾਂ ਦੀ ਇਸ ਜਗ੍ਹਾ 'ਤੇ ਉਹਨਾਂ ਨੇ ਤਪ ਵੀ ਕੀਤਾ। ਇਸ ਵੀਡੀਓ ਨੂੰ ਇਗਨੋਰ ਨਹੀਂ ਕਰਨਾ, ਵਾਹਿਗੁਰੂ ਲਿਖ ਕੇ ਕਮੈਂਟ ਵੀ ਕਰੋ, ਚਲਦੀ ਚਲਦੀ ਨੂੰ ਸ਼ੇਅਰ ਵੀ ਕਰ ਦੇਣਾ। ਅੱਜ ਵੀ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਇਸ ਪੂਰੇ ਅਸਥਾਨ ਦੇ, ਅਤੇ ਦੇਖਦੇ ਹਾਂ ਅਤੇ ਪੁੱਛਦੇ ਹਾਂ ਬਾਬਾ ਜੀ ਤੋਂ ਕਿ ਇਸ ਦਾ ਕੀ ਇਤਿਹਾਸ ਹੈ। ਇਹ ਸਰੋਵਰ ਸਾਹਿਬ ਜਿਹੜਾ ਹੈ, ਇੱਥੇ ਪੁਰਾਤਨ ਯੁੱਗਾਂ ਦਾ ਵੀ ਸਰੋਵਰ ਸੀ। ਇੱਥੇ ਸੰਗਤਾਂ ਇੱਥੋਂ ਜਲ ਲਿਜਾਂਦੀਆਂ ਸੀ, ਇੱਥੋਂ ਹੀ ਜਲ ਪੀਂਦੀਆਂ ਸੀ। 84 ਸਿੱਧ ਜਿਹੜੇ ਹੋਏ ਆ, 84 ਸਿੱਧ, ਉਹਨਾਂ ਨੇ ਵੀ ਇਸ ਸਥਾਨ 'ਤੇ ਤਪ ਕੀਤਾ, ਸਿੱਧ ਵੀ ਇਸ ਸਥਾਨ 'ਤੇ ਰਹੇ ਨੇ। ਇਹ ਬਹੁਤ ਪੁਰਾਤਨ ਸਥਾਨ ਹੈ। ਜਿਵੇਂ ਹੁਣ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਹਾਂ ਵੀ ਜਿਵੇਂ ਆਪਣੇ ਤ੍ਰੇਤੇ ਯੁੱਗ ਦੇ ਅਵਤਾਰੀ ਪੁਰਸ਼ ਹੋਏ ਆ, ਰਾਮ ਚੰਦਰ ਜੀ ਹੋਏ ਆ, ਮੰਨ ਲਓ ਸੀਤਾ ਜੀ, ਲਛਮਣ ਜੀ, ਅਤੇ ਉਹਨਾਂ ਨੇ ਵੀ ਦੱਸਦੇ ਇੱਥੇ ਬਨਵਾਸ ਕੱਟਿਆ। ਅਤੇ ਇਹ ਬਹੁਤ ਪੁਰਾਤਨ ਇਤਿਹਾਸ ਆ, ਕਿਉਂਕਿ ਅਵਤਾਰੀ ਪੁਰਸ਼ ਜੋ ਵੀ ਧਰਤੀ 'ਤੇ ਆਉਂਦੇ ਆ, ਕਿਉਂਕਿ ਉਹ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਵੀ ਸਾਰੇ ਅਵਤਾਰੀ ਪੁਰਸ਼ ਬੈਠੇ ਨੇ, ਕਿਉਂਕਿ ਖਾਲਸਾ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਸਾਰੇ ਧਰਮਾਂ ਦਾ ਸਤਿਕਾਰ ਕਰਦਾ, ਸਾਰੇ ਧਰਮ ਸਤਿਕਾਰੀ ਯੋਗ ਹੈ। ਬਾਬਾ ਜੀ, ਜੇ ਮਾਨਤਾ ਦੀ ਗੱਲ ਕਰੀਏ ਤਾਂ ਕੀ ਮਾਨਤਾ ਇਸ ਜਗ੍ਹਾ ਦੀ, ਅਤੇ ਜਿਵੇਂ ਮੈਂ ਦੇਖ ਰਿਹਾ ਪਿੱਛੇ ਇੱਟਾਂ ਰੱਖੀਆਂ, ਕਿਉਂ ਰੱਖੀਆਂ ਗਈਆਂ ਨੇ? ਇੱਥੇ ਜਿਹੜੀ ਇੱਟਾਂ ਦੀ ਗੱਲਬਾਤ ਹੈ, ਇੱਥੇ ਗੁਰਮੁਖੋ ਬਾਬਾ ਦਾਨ ਸਿੰਘ ਜੀ ਅਤੇ ਡੱਲਾ ਸਿੰਘ ਜੀ, ਉਹਨਾਂ ਦੀ ਇੱਥੇ ਗੁਰੂ ਗੋਬਿੰਦ ਸਿੰਘ ਨੇ ਇਕੱਤਰਤਾ ਵੀ ਕਰਵਾਈ ਸੀ, ਕਿਉਂਕਿ ਮੁਕਤਸਰ ਸਾਹਿਬ ਦੀ ਜੰਗ ਵਿੱਚ ਦਾਨ ਸਿੰਘ ਆਪਣੀ ਫੌਜ ਲੈ ਕੇ ਚਲੇ ਗਏ ਸੀ, ਯੁੱਧ ਹੋਇਆ ਸੀ, ਅਤੇ ਜਿਹੜਾ ਡੱਲਾ ਸਿੰਘਾ ਉਹ 29 ਪਿੰਡਾਂ ਦਾ ਚੌਧਰੀ ਸੀ ਮੁਸਲਮਾਨਾਂ ਵੱਲੋਂ, ਅਤੇ ਉਹ ਡੱਲਾ ਸਿੰਘ ਜੰਗ ਵਿੱਚ ਨਹੀਂ ਸੀ ਗਿਆ, ਅਤੇ ਉਹ ਦਾਨ ਸਿੰਘ ਨੇ ਮਿਲਵਰਤਨ ਛੱਡਤਾ ਉਹਨਾਂ ਨੂੰ ਵੀ ਤੁਸੀਂ ਜੰਗ 'ਚ ਨਹੀਂ ਗਏ, ਅਤੇ ਉਹ ਡੱਲਾ ਸਿੰਘ ਕਹਿਣ ਲੱਗਿਆ ਜੀ ਮੈਂ ਜੰਗ ਦੇ ਵਿੱਚ ਜਾਣਾ ਹੈ, ਤਾਂ ਜਿਹੜਾ 29 ਪਿੰਡ ਮੈਂ 29 ਪਿੰਡਾਂ ਦਾ ਚੌਧਰੀਆਂ ਨਿਰਦੋਸ਼ੇ ਲੋਕ ਸਾਰੇ ਮਾਰੇ ਜਾਣਗੇ, ਮੁਸਲਮਾਨ ਫਿਰ ਇਸ ਗੱਲ ਦੇ ਵਿੱਚ ਉਹ ਗੁੱਸਾ ਕਰਨਗੇ, ਗਰਮੀ ਖਾ ਜਾਣਗੇ ਵੀ ਉੱਧਰ ਇਹਨੇ ਮਦਦ ਕੀਤੀ ਹੈ ਗੁਰੂ ਗੋਬਿੰਦ ਸਿੰਘ ਦੀ ਸਾਡੇ ਜੰਗ 'ਚ, ਅਤੇ ਫਿਰ ਵੀ ਸਾਡਾ ਚੌਧਰੀ ਆ, 29 ਪਿੰਡਾਂ ਦਾ ਨੁਕਸਾਨ ਹੋਰ ਹੋ ਜਾਣਾ। ਅਤੇ ਫਿਰ ਉਹ ਕਲੰਗੀਧਰ ਪਾਤਸ਼ਾਹ ਨੇ ਦਾਨ ਸਿੰਘ ਨੂੰ ਅਤੇ ਡੱਲਾ ਸਿੰਘ ਨੂੰ ਇੱਥੇ ਸੱਦਿਆ, ਸੱਦ ਕੇ ਉਹਨਾਂ ਦੀ ਇਕੱਤਰਤਾ ਕਰਵਾਈ ਵੀ ਤੁਸੀਂ ਰਲ ਕੇ ਹੀ ਜਨਤਾ ਦੀ ਸੇਵਾ ਕਰਿਆ ਕਰੋ, ਵੀ ਚਲੋ ਅਸੀਂ ਸੇਵਾ ਇਹਨਾਂ ਤੋਂ ਦਾਨ ਸਿੰਘ ਤੋਂ ਹੀ ਸੇਵਾ ਕਰਮਾਂ 'ਚ ਕਾਲ ਪੁਰਖ ਨੇ ਲਿਖੀ ਸੀ, ਇਹਨਾਂ ਨੇ ਸੇਵਾ ਕੀਤੀ, ਚਲ ਅੱਗੇ ਵਾਸਤੇ ਕੋਈ ਤੁਸੀਂ ਰਲ ਕੇ ਜਨਤਾ ਦੀ ਸੇਵਾ ਕਰੋ। ਬਾਕੀ ਇਸ ਸਥਾਨ 'ਤੇ ਮਹੀਨੇ ਦੇ ਮਹੀਨੇ ਮੱਸਿਆ ਲੱਗਦੀ ਹੈ, ਅਤੇ ਲੋਕਾਂ ਦੇ ਦੁੱਖ ਬਿਮਾਰੀਆਂ ਬਹੁਤ ਰੋਗ ਜਿਹੜੇ ਆ ਉਹ ਕੱਟੇ ਜਾ ਰਹੇ ਆ। ਹੁਣ ਕਈ ਇਸ ਇੱਦਾਂ ਦੇ ਪੇਸ਼ੈਂਟ ਆਏ ਆ ਜਿਨ੍ਹਾਂ ਨੂੰ PGI ਤੋਂ ਜਵਾਬ ਮਿਲਿਆ, ਅਤੇ ਗੁਰੂ ਪੀਰਾਂ ਪੈਗੰਬਰਾਂ ਨੇ ਬੜੀ ਬਖਸ਼ਿਸ਼ ਕੀਤੀ, ਉਹ ਬੰਦੇ ਠੀਕ ਹੋਏ ਆ। ਅਤੇ ਬਾਕੀ ਇੱਥੇ ਇੱਟਾਂ ਜਿਹੜੀਆਂ ਪਈਆਂ, ਲੋਕ ਇੱਥੇ ਇੱਟਾਂ ਦਾ ਘਰ ਬਣਾ ਦਿੰਦੇ ਆ ਵੀ ਸੰਤ ਜੀ ਮਹਾਰਾਜ, ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ ਜੀ, ਬਾਬਾ ਭਾਈ ਜੀਤਾ ਜੀ, ਅਤੇ ਅਸੀਂ ਤੁਹਾਡਾ ਇੱਥੇ ਘਰ ਪਾਇਆ, ਕੋਠੀ ਪਾਈ ਆ, ਸਾਡੀ ਵੀ ਕੋਠੀ ਪੈ ਜੇ, ਉਹ ਜਿਸ ਵੀ ਰੂਪ ਦੇ ਨਾਲ ਇੱਥੇ ਬੰਦਾ ਕੋਈ ਆਪਣੀ ਸ਼ਰਧਾ ਜੀ ਬਣਾ ਲੈਂਦਾ, ਅਕਾਲ ਪੁਰਖ ਉਵੇਂ ਹੀ ਕਿਰਪਾ ਕਰ ਦਿੰਦਾ, ਅਤੇ ਉਹ ਫਿਰ ਅਗਲੇ ਦਾ ਘਰ ਬਣ ਜਾਂਦਾ, ਜਿਹਨੂੰ ਕੋਈ ਪਲਾਟ ਲੈਣਾ ਥਾਂ ਨਹੀਂ ਬਣ ਰਿਹਾ, ਡਿੱਕਾ ਲੱਗ ਰਹੀਆਂ, ਉਹ ਇੱਥੇ ਆ ਕੇ ਇੱਟਾਂ ਦਾ ਇੱਕ ਛੋਟਾ ਜਿਹਾ ਘਰ ਬਣਾ ਦਿੰਦਾ, ਉਹਦੇ ਹੱਥ ਨਾਲ ਹੀ ਮਤਲਬ ਇੱਟਾਈਆਂ ਚਿਣ ਕੇ ਉੱਦਾਂ ਘਰ ਬਣਾ ਦਿੰਦਾ, ਉਹ ਜਦੋਂ ਐਂ ਬਣਾ ਕੇ ਸੁੱਕ ਜਾਂਦਾ, ਉਹ ਦਾ ਕੰਮ ਹੋ ਜਾਂਦਾ, ਅਗਲੇ ਜਗ੍ਹਾ ਘਰ ਥਾਂ ਵੀ ਬਣ ਜਾਂਦਾ, ਕੋਠੀ ਵੀ ਪੈ ਜਾਂਦੀ ਹੈ। ਉਹ ਇੱਦਾਂ ਦੀ ਜਿਵੇਂ ਕਿਸੇ ਦੀ ਕੋਈ ਇੱਥੇ ਭਾਵਨਾ, ਜਿਹੜੇ ਰੂਪ ਦੇ ਵਿੱਚ ਬੰਦਾ ਭਾਵਨਾ ਲੈ ਕੇ ਆਉਂਦਾ ਨਾ, ਅਤੇ ਸਤਿਗੁਰੂ ਵੀ ਉਵੇਂ ਉਸ ਰੂਪ ਦੇ ਵਿੱਚ ਉਹਦੇ 'ਤੇ ਕਿਰਪਾ ਕਰ ਦਿੰਦੇ ਹੈਗੇ। ਅਤੇ ਬਾਕੀ ਇੱਥੇ ਹੁਣ ਗੁਰੂ ਕਿਰਪਾ ਕਰਦਾ, ਮਹੀਨੇ ਦੇ ਮਹੀਨੇ ਹੁਣ ਜਿਸ ਕਿਸੇ ਦਾ ਕੋਈ ਕੰਮ ਅੜਿਆ ਪਿਆ, ਕਿਸੇ ਦਾ ਮੰਨ ਲਓ ਕਿਸੇ ਨੇ ਖੰਡ ਪਾਠ ਦੀ ਅਰਦਾਸ ਕਰਵਾਉਣੀ ਆ ਜਾਂ ਸਹਿਜ ਪਾਠ ਦੀ, ਅਤੇ ਉਹ ਕਿਸੇ ਦਾ ਕੋਈ ਕੰਮ ਅੜਿਆ ਪਿਆ, ਵਿਹਰਿਆ ਪਿਆ, ਉਹਦੀ ਅਰਦਾਸ ਹੋ ਜਾਂਦੀ ਹੈ, ਉਹ ਇੱਥੇ ਫਿਰ ਜਿਹੜੇ ਮਹਾਂਪੁਰਖਾਂ ਨੇ ਤਪ ਕੀਤਾ ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਨਾਮ ਦੇ ਨਾਮ 'ਤੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਕਰਦੇ ਆ, ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਦੇ ਆ, ਅਤੇ ਉਹ ਜਦੋਂ ਬੰਦਾ ਇੱਥੇ ਆ ਕੇ ਕੋਈ ਆਪਣਾ ਪਾਠ ਸੁੱਖਦਾ ਅਤੇ ਉਹਦਾ ਕਾਰਜ ਜਿਹੜਾ ਸ਼ੁੱਧ ਹੋ ਜਾਂਦਾ। ਅਤੇ ਬਾਕੀ ਜਿਹੜਾ ਇੱਥੋਂ ਦਾ ਇਤਿਹਾਸ ਆ, ਇਹ ਮਾਲਵੇ ਦੀ ਧਰਤੀ ਆ, ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਵਰ ਦਿੱਤੇ ਧਰਤੀ 'ਤੇ ਆ ਕੇ, ਮਾਲਵਾ ਮੇਰਾ ਮਾਲੋ ਮਾਲ, ਵਰ ਦਿੱਤਾ ਮਾਰੇ ਨੇ, ਇਤਿਹਾਸ ਸੱਚ ਦਰਜ ਹੈ, ਮਾਲਵਾ ਮੇਰਾ ਮਾਲੋ ਮਾਲ। ਅਤੇ ਇੱਥੋਂ ਦੇ ਜਿਹੜੇ ਉਹ ਸਮਿਆਂ ਦੇ ਵਿੱਚ ਕਲੰਗੀਧਰ ਪਾਤਸ਼ਾਹ ਇੱਥੇ ਆਏ, ਸਤਿਗੁਰੂ ਕਹਿਣ ਲੱਗੇ ਪੰਥ ਵਸੇ ਮੈਂ ਉੱਜੜਾਂ ਮਣ ਚਾਹੋ ਕਨੇਰਾ, ਕਿਉਂਕਿ ਉਹ ਜਿਵੇਂ ਅਨਪੜ੍ਹ ਲੋਕ ਸੀ ਵਿਚਾਰੇ, ਜਿਵੇਂ ਆਪਦੀ ਬੋਲੀ ਬੋਲੇ, ਅਤੇ ਮਹਾਰਾਜ ਕਹਿੰਦੇ ਵੀ ਕੋਈ ਗੱਲ ਨਹੀਂ, ਸਾਡਾ ਉੱਜੜਨਾ ਹੀ ਪੰਥ ਦਾ ਵਸਣਾ, ਸੱਤਾਂ ਸਮੁੰਦਰਾਂ 'ਤੇ ਰਾਜ ਕਰੇਗਾ ਮੇਰਾ ਖਾਲਸਾ, ਸੱਤ ਸਮੁੰਦਰ ਪਰਯੰਤੰ ਪਰ ਪੰਚਤ ਰਾਜ ਗਰਵਰ ਕੋ, ਤੁਸੀਂ ਸਰਬਲੋਕ ਗ੍ਰੰਥ ਪੜ੍ਹ ਕੇ ਦੇਖੋ ਗੁਰੂ ਗੋਬਿੰਦ ਸਿੰਘ ਪਿਤਾ ਜੀ ਦਾ, ਮਹਾਰਾਜ ਕਹਿੰਦਾ ਮੇਰਾ ਖਾਲਸਾ ਸੱਤਾਂ ਸਮੁੰਦਰਾਂ 'ਤੇ ਸਾਰੀ ਸ੍ਰਿਸ਼ਟੀ 'ਤੇ ਖਾਲਸਾ ਮੇਰਾ ਰਾਜ ਕਰੇਗਾ, ਅਤੇ ਮਾਇਆ ਇਕੱਠੀ ਕਰਕੇ ਦੇਣਗੇ ਲੰਗਰ ਲਾਏ, ਨੰਗਾ ਭੁੱਖਾ ਥਿਆ ਖਾਲੀ ਕੋਈ ਨਾ ਜਾਏ, ਗੁਰੂ ਨਾਨਕ ਪਾਤਸ਼ਾਹ ਨੇ ਵੀ ਲਿਖਿਆ। ਬਾਬਾ ਜੀ, ਜਿਹੜੀ ਜਿਹੜੀ ਸੰਗਤ ਸਾਡੇ ਨਾਲ ਜੁੜੀ ਹੈ,
वह दर्शन करना चाहती होगी, जे उन्होंने इतने दर्शन करना आना कि दिन मेला लगता है, जर कि दिन समागम लगते हैं, जो संगत पहुँचना चाहे कदों आ सकती है? इतने गुरमुख प्यारे जोड़े समागम होंगे जो मेला लगता है वह सतगुरों की गुरु नानक पातशाह जी बार अपार बख्श सदका महीने के महीने इतने मस्या लगती है जी। तो उस महीने के महीने जो मस्या लगती है उस मस्या के उत्ते फिर खैज पाठा के खंड पाठा के भोग पेंदे आ, तो संगत दर्शनदारी कर आती है। वैसे संगत अगे पिछे भी दर्शनदारी कर आती है, पर जोड़ा इतने मेला भरता वह मस्या वाले दिन ही भरता है, महीने के महीने इतने मस्या मनाई जाती है इस स्थानों के उपर। भी सुनने में आता है कि यह जगह जो है ये बहुत चमत्कारी है, इतने बहुत व्डे व्डे वरदान होए ने, तो चमत्कार भी होए ने। हाँ जी, चमत्कार भी इतने बहुत होए ने, क्योंकि इतने जो पुरातन इतिहास है 84 सिद्धा ने तप किया है, तो 73 युग के रामचंद्र जी लक्ष्मण जी सीता ने उन्होंने भी इतने बनवास कट्टे आपदे, तो इस स्थाना पर आके बड़े माल में वर दिते महाराज ने, खालसा मेरा पूजवे जोग दरस परस मिटे सोग। इस करके महाराज ने खालसे को बहुत नवाजा है। तो फिर जो खालसा पंथ ने जंग किया, जो खालसा पंथ इतने युद्ध किया जंग लड़िया, तो वह जिहड़ा नादर शाह का कवि है वह लिखता, उन्हें लिखिया कहिंदा हाय मेरे अल्लाह जो संघ करे हल्ला मच जे पर थला निकल जाए प्राण है। कहिंदा जो अं झड़ी के बड़े जंगलों च लखी जंगल की धरती से जाके बड़े, तो इन्ना कसमान दस सिंह ने युद्ध किया साडे छक्के छड़ाते, तो उत्थे कहिंदा फिर वो कवि ने लिखिया नादर शाह ने कहिंदा हाय मेरे अल्लाह जो संघ करे हल्ला मच जे पर थला निकल जाए प्राण है। कहिंदा साडी अद्धी जान तो उहदी सुक जांदी जदों तलवार बौंदे आ, ते गुरमुखो फिर उन्हें कवि ने लिखिया आए सिंह तलवारां खिचगां दे साडे च बड़े, ते कहे सानू कहिंदे राह नहीं थाया भाईदिआं नूं, ते साडे उह युद्ध कीता इन्ना कसमान दा युद्ध होया, ते उत्थों बाद मुड़ के बदाली ने इधर नूं मूंह नहीं कीता। तुसीं आ देख सकदे हो कि इत्थे जानवरां दी आवाज़ जो चिड़ियां दी कबूतरां दी बहुत सोहणी आवाज़ आ रही है, तो इन्ना शांतमई है, इन्ना सुकून है इत्थे कि तुसीं समा ही नहीं तुहानूं पता लगना है कि किन्ना समा हो गया। बाबा जी जिवें ये किले गड्ढे होए ने, ये क्यों गड्ढे गए ने? ये किले जिहड़े गड्ढे आ, मान लो भी कलगी धर पातशाह नूं संतां महापुरखां ने जल ठंडा जल सकाया दुध पियाया, तो संतां नूं सतगुरां ने वर दिता संत जी तुहाडा पहरा भी इत्थे रहेगा, तो तुहानूं संगतां तुहाडा तुहानूं इत्थे तुहानूं मन्निया करनगियां, तुहाडा प्रेम रहेगा इस झड़ी दे विच। हुण बाबा भाई जीते दे नाम ते लोक सुखां सुखदे आ भी साडे पशुआं च वाधा हो जाए, तो तुहाडा असीं बाबा जी किला चढ़ा के जावांगे, इत्थे किली गड्ढ जांदे आ बना के लकड़ दी, तो भी साडी कट्टी हो जाए जी, साडे मंझां पशुआं च वाधा हो जाए, इदा मतलब गुरु गोबिंद सिंह का नाम लेके संत का नाम लेके गुरु नानक पातशाह नाम लेके लोग इतने वो किलियां कढ के जाते हैं, तो फिर वो पशुओं के जोड़ा है वाधा होंदा है जी। तो इदा वर दते संतां ने, संतां नूं वर दिता कलगी धर पातशाह ने, संत भाई जीता ठंडा पानी पीता, संत जी तुहाडा पहरा भी इत्थे रहेगा, अज वो संतां दे इत्थे प्रतख पहरा जी, संगतां दी इच्छा पूरियां होंदियां ने। इत्थे तुसीं कोई भी इच्छा लैके आओ वो पूरी होएगी, क्योंकि साक्षात गुरु साहिबान दा ते संतां दा इत्थे पहरा लगता है। तुसीं जदों भी आओ तो इत्थे दर्शन जरूर करके जाना एक पवित्र स्थान दे। सतसंग जी, ये तुसीं जो फलाई दा दरख्त देख रहे हो ये वो दरख्त है जिस तों दसवें पातशाह जी ने दातन तोड़ी सी, इतों दातन तोड़ के दातन करद्या करद्या जो लखी जंगल विखे तुसीं देखिया कि दातन दे चार टोटे करके उत्थे गड्ढ दिते, तो वह भी फलाई दे रूप में चार मुढ़ां दे रूप में वह अज भी मौजूद है। इस ही दरख्त के नाल पातशाह ने अपना घोड़ा भी बद्धा, तो अज भी इस दरख्त के उपर बाज आके बैठता है। कई बार संगतां वल्लों उस बाज के दर्शन किए गए ने जो बाज इस फलाई के दरख्त उत्ते आके बैठता है। इत्थे चमत्कार जिहड़ा है, क्योंकि गुरु गोबिंद सिंह जी का बहुत ही अंदरों बहुत ही प्यारा स्थान है सतगुरों का, वैसे तो सतगुरों को सारे ही प्यारे स्थान है, पर फिर भी जिथे किते कोई मान लो औखे समय किसी धरती ने किसी औखे समय के उस दुनिया ने साथ दिता होवे, उत्थे एक अवतारी पुरशां का बहुत स्नेह और डूंगा प्यार हुंदा है। इत्थे असी कई बार संगतां ने असी दर्शन करे आ भी इस फलाही उत्ते कलगियां वाले पातशाह का कितें ना कितें बाज भी आके बैठदा है, वह संगतां दर्शन करदियां। मस्या वाले दिन कई बार इत्थे आया वो बाज दे उपर बैठदा, वो बैठ के अपने इदां दे फंघ च खलारदा, बहुत सोहना लगता, फिर उत्थों उड के लखी जंगल साहब नूं चलिया जांदा जी।
कितना कित भी कलंगिया वाले पातशाह की बख्शिश उन्हों की होंगी उन्हों का बाज भी ये उपर आके कितना कित फलाई के उत्ते बैठता हो अं दर्शन करे है जी। ये फलाई का दरख्त है, तुसी दर्शन किए हैं जिसते गुरु साहिबान ने अपना घोड़ा बद्धा इस दरख्त तो दातन की। इस दरख्त से अज भी गुरु साहिबान की इन्नी कृपा है कि उन्हों का बाज आके बैठता है, संगत दर्शन कर दिया ने ते वह बाज लखी जंगल दे गुरुद्वारा साहब चला जाता है। बाबा जी जरा एक पीला जहा फुल लग्या है एक की है, बड़ा स्ट्रोंग है। देखो तुम देख सकते हो कि आ इन धरती चो निकलिया तो डला पासे डिगया हो पुट के है ना। हाँ ये गुरमुख प्यारे वो कोई रब्बी चमत्कार आ परमात्मा के हूँ जो फुल देख रहे हैं आप, क्योंकि हूँ यह एक तरह का मान लो जंगली हैगा वणा ने झड़ी आ, पर इतने कोई हूँ थले तो कोई एडा पानी का प्रबंध नहीं गा, तो पर फिर भी धरती पुट के तुम देख ही रहे हो कि धरती चेड़ आई पई है, कुडे कुडे मोटे डले धरती चो पट के बाहर निकले हुए है। ये इदा के फुल ना अपने आप ही उगरते हैं। इन्नी कृपा इस धरती ते कि बिना पानी तो भी तुम देख सकते हो कि यह फुल अपने आप उग रहे हैं। यह पुरातन फुल ने बाबी ना पता कोई कि नहीं जी नहीं फुलों बारे जी वैसे भी कोई ना तो विज्ञानी बंदे इन जान सकते जो इन्हें कोर्स करते हैं, पर हर साल ही इदा के फुल है धरती चो बिना पानी तो भी मतलब अपने आप ही निकली जाते थल्यों। ठीक है, कई थावां ते तुसीं काफ़ी ज़्यादा फुल देखण नूं मिल सकदे आ तुहानूं। तुसीं देखो आ इधरले पासे भी ये फुल निकले हुए ने ते अपने आप ही कुछ समां बाद मचदे भी ने क्योंकि गर्मी ज़्यादा ते आ हजे उग रहे ने, आ हजे निकल रहे। तुसीं देखो आ डले पट के किवें जिवें धरती पाड़ के निकले होण है ना, आ निक्के हजे सरों फुले फुले किड्डी इत्थे कृपा इस धरती ते सतगुरु दी बख्शिश है।